ਧਾਰਾ 376 ਜਿਹੜੀ ਆ ਉਹ ਬਣਦੀ ਕਿਵੇਂ ਜਦੋਂ ਕੋਈ ਸ਼ਖਸ ਇੱਕ ਲੇਡੀ ਨਾਲ ਇੱਕ ਲੜਕੇ ਲੜਕੀ ਨਾਲ ਉਹਦੀ ਮਰਜ਼ੀ ਤੋਂ ਬਗੈਰ ਉਹਦੇ ਨਾਲ ਜਿਸਮਾਨੀ ਸੰਬੰਧ ਬਣਾਵੇ ਚਲਾਨ ਕਿੰਨੇ ਸਮੇਂ ਚ ਪੇਸ਼ ਕੀਤਾ ਜਾ ਸਕਦਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਪੁਲਿਸ ਕਿਤੇ ਨਾ ਕਿਤੇ ਖੜਾ ਪੱਲਾ ਚ ਢੋਉਂਦੀ ਹੈ ਆਪਣਾ ਕਾਨੂੰਨ ਦੇ ਮੁਤਾਬਕ ਇਸ ਦੀ ਮਿਆਦ 90 ਦਿਨ ਰੱਖੀ ਗਈ ਹੈ ਕਿਉਂਕਿ ਇਹਦੇ ਵਿੱਚ 376 ਦੇ ਆਫੈਂਸ ਦੇ ਵਿੱਚ ਸਜ਼ਾ 10 ਸਾਲ ਜਾਂ 10 ਸਾਲ ਤੋਂ ਵੱਧ ਹੈ ਜੋ ਕਿ ਉਮਰ ਕਹ ਤੱਕ ਜਾ ਸਕਦੀ ਹੈ ਟੋਲ ਫਰੀ ਨੰਬਰ ਵੀ ਕੋਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ ਅਜੇ ਇਹ ਕੇਸਾਂ ਨੂੰ ਲੈ ਕੇ ਟੋਲ ਫਰੀ ਨੰਬਰ ਵੀ ਦਿੱਤੇ ਹੋਏ ਨੇ ਔਰ ਈਮੇਲਸ ਵੀ ਹੋ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇ ਪ੍ਰੋਗਰਾਮ ਵਕੀਲ ਦੀ ਸਲਾਹ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਹਰ ਸ਼ਨੀਵਾਰ ਦੀ ਤਰ੍ਹਾਂ ਐਸ ਆਰ ਵੀ ਤੁਹਾਡੇ ਰੂਬਰੂ ਹੋ ਰਹੇ ਹਾਂ ਰਾਮ ਰਹਿਮ ਕੇਸ ਦੇ ਵਿੱਚ ਇੱਕ ਚਰਚਿਤ ਨਾਮ ਐਡਵੋਕੇਟ ਐਚ ਪੀ ਐਸ ਬਰਮਾ ਸੀਬੀਏ ਦੇ ਵਕੀਲ ਸਨ 1376 ਤੇ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਹਰਿੰਦਰਪਾਲ ਸਿੰਘ ਬਰਮਾ ਪਰਮਾ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਰਮਾ ਜੀ 376 ਨੂੰ ਲੈ ਕੇ ਕਈ ਤਰ੍ਹਾਂ ਦੇ ਮਤਲਬ ਕਿ ਲੋਕਾਂ ਦੇ ਵਿੱਚ ਇਹ ਚਿੰਤਾਵਾਂ ਬਣੀਆਂ ਹੁੰਦੀਆਂ ਨੇ ਕਿ ਕਈ ਵਾਰ ਤਾਂ ਇਦਾਂ ਹੁੰਦਾ ਕੋਈ ਜਾਇਜ਼ ਕੇਸ ਹੁੰਦਾ ਹੈ ਕਈ ਵਾਰ ਨਜਾਇਜ਼ ਕੇਸ ਵੀ ਹੁੰਦੇ ਨੇ ਲੋਕ ਪਾਸ ਜਾਂਦੇ ਨੇ ਆਪਾਂ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕਿੰਨੀ ਕੁ ਸਜ਼ਾ ਹੁੰਦੀ ਹੈ ਚਲਾਨ ਕਦੋਂ ਪੇਸ਼ ਹੁੰਦਾ ਹੈ ਕਿਵੇਂ ਤੁਸੀਂ ਜਿਹੜਾ ਆਪਣੀ ਅਪੀਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਇਹ ਦੱਸ ਦੋਗੇ ਧਾਰਾ 376 ਜਿਹੜੀ ਹੈ ਉਹ ਬਣਦੀ ਕਿਵੇਂ ਸੱਚ ਕੁੰਦਰ ਸਿੰਘ ਜੀ ਧਾਰਾ 376 ਇੰਡੀਅਨ ਪੀਨਲ ਕੋਡ ਜਿਹੜੀ ਹੈ ਉਹ ਤਾਂ ਅਟ੍ਰੈਕਟ ਹੁੰਦੀ ਹੈ ਜਦੋਂ ਕੋਈ ਸ਼ਖਸ ਇੱਕ ਲੇਡੀ ਨਾਲ ਇੱਕ ਲੜਕੇ ਲੜਕੀ ਨਾਲ ਉਹਦੀ ਮਰਜ਼ੀ ਤੋਂ ਬਗੈਰ ਉਹਦੇ ਨਾਲ ਜਿਸਮਾਨੀ ਸੰਬੰਧ ਬਣਾਵੇ ਜੀ ਸਮਾਨੇ ਸਬੰਧ ਬਣਾਉਣ ਵਾਸਤੇ ਵੀ ਕਈ ਚੀਜ਼ਾਂ ਬੜੀਆਂ ਜ਼ਰੂਰੀ ਨੇ ਦੇਖਣੀਆਂ ਇਸ ਮਾਮਲੇ ਚ ਆਈਪੀਸੀ ਦੀ ਸੈਕਸ਼ਨ 375 ਹੈ ਜਿਹਦੇ ਚ ਦੱਸਿਆ ਹੋਇਆ ਹੈ ਕਿ ਕਿਸ ਕਿਸ ਤਰੀਕੇ ਨਾਲ ਰੇਪ ਦਾ ਜੋ ਆਫੈਂਸ ਹੈ ਜੁਰਮ ਹੈ ਉਹ ਐਗਜ਼ਿਸਟ ਹੁੰਦਾ ਹੈ ਐਗਜ਼ਿਸਟੈਂਸ ਆਉਂਦਾ ਹੈ ਕਿਵੇਂ ਕਿਵੇਂ ਆਪਾਂ ਕਹਿ ਸਕਦੇ ਆ ਕਿ ਇੱਕ ਮੁਲਜ਼ਮ ਨੇ 376 ਦਾ ਜਿਹੜਾ ਜੁਰਮ ਹੈ ਉਹ ਉਹ ਕਿਸੇ ਲੜਕੀ ਨਾਲ ਕੀਤਾ ਹੈ ਉਹਦੀ ਮਰਜ਼ੀ ਤੋਂ ਬਿਨਾ ਜ਼ਬਰਜਨਾਹ ਜੀ ਨੂੰ ਕਹਿੰਦੇ ਨੇ ਪੰਜਾਬੀ ਚ ਉਸ ਦਾ ਆਫੈਂਸ ਉਹਨੇ ਕਮਿਟ ਕੀਤਾ ਜੀ ਉਹ ਕਈ ਤਰੀਕੇ ਦੀਆਂ ਉਹਨਾਂ ਨੇ ਇਹਦੇ ਵਿੱਚ ਐਗਜ਼ਾਮਪਲਸ ਦਿੱਤੀਆਂ ਨੇ ਸੈਕਸ਼ਨ 375 ਚ ਔਰ ਸੈਕਸ਼ਨ 376 ਦੇ ਵਿੱਚ ਵੀ ਦੱਸਿਆ ਵੀ ਕਿਹੜਾ ਬੰਦਾ ਕਿ ਕਿਸ ਤਰੀਕੇ ਨਾਲ ਲੜਕੀ ਨਾਲ ਜੇ ਕੋਈ ਆਫੈਂਸ ਕਮਿਟ ਕਰਦਾ ਹੈ ਤਾਂ ਉਹ ਉਹਦੀ ਸਜ਼ਾ ਕੀ ਹੋ ਸਕਦੀ ਹੈ ਇਹ ਇਹਨਾਂ ਮਾਮਲਿਆਂ ਦੇ ਵਿੱਚ ਜਦੋਂ ਲੋਕ ਅਦਾਲਤਾਂ ਤੱਕ ਜਾਂਦੇ ਨੇ ਸਭ ਤੋਂ ਪਹਿਲਾਂ ਤਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕਈ ਵਾਰੀ ਸਵਾਲ ਉੱਠਣ ਲੱਗ ਜਾਂਦੇ ਨੇ ਚਲਾਨ ਕਿੰਨੇ ਸਮੇਂ ਚ ਪੇਸ਼ ਕੀਤਾ ਜਾ ਸਕਦਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਪੁਲਿਸ ਕਿਤੇ ਨਾ ਕਿਤੇ ਖੜਾ ਪੱਲਾ ਛਡਾਉਂਦੀ ਹੈ ਆਪਣਾ ਚਲਾਨ ਪੇਸ਼ ਕਰਨ ਲਈ ਕਾਨੂੰਨ ਦੇ ਮੁਤਾਬਕ ਇਸ ਦੀ ਮਿਆਦ 90 ਦਿਨ ਰੱਖੀ ਗਈ ਹੈ ਕਿਉਂਕਿ ਇਹਦੇ ਵਿੱਚ 376 ਦੇ ਆਫੈਂਸ ਦੇ ਵਿੱਚ ਸਜ਼ਾ 10 ਸਾਲ ਜਾਂ 10 ਸਾਲ ਤੋਂ ਵੱਧ ਹੈ ਜੋ ਕਿ ਉਮਰ ਕਹ ਤੱਕ ਜਾ ਸਕਦੀ ਹੈ ਸੋ ਜਿੱਥੇ ਸਜ਼ਾ 10 ਸਾਲ ਤੱਕ ਹੋਵੇ ਉਥੇ ਚਲਾਨ ਪੇਸ਼ ਕਰਨ ਦੀ ਮਿਆਦ 60 ਦਿਨ ਹੁੰਦੀ ਹੈ ਜਿੱਥੇ 10 ਸਾਲ ਜਾਂ 10 ਸਾਲ ਤੋਂ ਵੱਧ ਹੋਵੇ ਉਮਰ ਕਹ ਤੱਕ ਜਾਂਦੀ ਹੋਵੇ ਉਦੋਂ ਇਨਵੈਸਟੀਗੇਸ਼ਨ ਕਰਕੇ ਚਲਾਨ ਪੇਸ਼ ਕਰਨ ਦੀ ਮਿਆਦ 90 ਦਿਨ ਦੀ ਕਾਨੂੰਨ ਵੱਲੋਂ ਮقرਰ ਕੀਤੀ ਗਈ ਹੈ ਠੀਕ ਹੈ ਤੇ ਮਾਈਨਰ ਨੂੰ ਲੈ ਕੇ ਬਾਲਗ ਤੇ ਨਬਾਲਗ ਨੂੰ ਲੈ ਕੇ ਕਾਨੂੰਨ ਕੀ ਕਹਿੰਦਾ ਹੈ ਕਿ ਜੇ ਬਾਲਗ ਨਾਲ ਰੇਪ ਹੁੰਦਾ ਤਾਂ ਕੀ ਕਾਨੂੰਨ ਹੈ ਜੇ ਨਬਾਲਗ ਨਾਲ ਹੁੰਦਾ ਤਾਂ ਉਹ ਕਿਸ ਤਰ੍ਹਾਂ ਨਜਿੱਠਿਆ ਜਾਂਦਾ ਉਸ ਕੇਸ ਜਿਹੜਾ ਪਿੱਛੇ ਜੇ ਇੱਕ ਬੜਾ ਚਰਚਿਤ ਕੇਸ ਸੀ ਨਿਰਭਿਆ ਗੈਂਗ ਰੇਪ ਕੇਸ ਜੀ ਦਿੱਲੀ ਵਾਲਾ ਦਿੱਲੀ ਵਾਲਾ ਉਸ ਤੋਂ ਬਾਅਦ ਕੁਝ ਅਮੈਂਡਮੈਂਟਸ ਕ੍ਰਿਮినਲ ਲਾਅ ਦੇ ਵਿੱਚ ਵੀ ਆਈਆਂ ਹਮਮ ਔਰ ਇੱਕ ਐਕਟ ਹੋਰ ਵੀ ਬਣਿਆ ਹੋਇਆ ਹੈ ਬਾਕਸੋ ਐਕਟ ਜਿਹਨੂੰ ਕਹਿੰਦੇ ਨੇ ਪ੍ਰੋਟੈਕਸ਼ਨ ਆਫ ਚਿਲड्रन ਫ্রম ਸੈਕਸ਼ੂਅਲ ਆਫੈਂਸਸ ਐਕਟ ਇਹਦੇ ਮੁਤਾਬਕ 18 ਸਾਲ ਤੋਂ ਘੱਟ ਬੱਚਾ ਜੇ ਕੋਈ ਹੋਵੇ ਲੜਕੀ ਹੋਵੇ ਕੋਈ ਲੜਕਾ ਹੋਵੇ ਉਹਦੇ ਨਾਲ ਵੀ ਅਨੈਚੁਰਲ ਆਫੈਂਸ ਹੋ ਜਾਵੇ ਕੋਈ ਬੰਦਾ ਕਰ ਲਵੇ ਤਾਂ ਉਹਦੇ ਮੁਤਾਬਕ ਉਹਦੀ ਕਾਰਵਾਈ ਹੁੰਦੀ ਹੈ ਔਰ ਉਹਦੀ ਸੈਕਸ਼ਨ 29 ਦੇ ਮੁਤਾਬਕ ਪ੍ਰੀਜ਼ੰਪਸ਼ਨ ਹੈ ਇਹ ਮੰਨਿਆ ਜਾਣਾ ਜ਼ਰੂਰੀ ਹੈ ਕਿ ਉਸ ਬੱਚੇ ਨਾਲ 18 ਸਾਲ ਤੋਂ ਘੱਟ ਦੇ ਬੱਚੇ ਨਾਲ ਮੁਲਜ਼ਮ ਨੇ ਵਾਕਈ ਕੋ ਜੁਰਮ ਕੀਤਾ ਹੈ ਜਦੋਂ ਤੱਕ ਮੁਲਜ਼ਮ ਇਹ ਸਾਬਤ ਨਾ ਕਰ ਦੇਵੇ ਕਿ ਮੈਂ ਬੇਕਸੂਰ ਹਾਂ ਸੋ 18 ਸਾਲ ਤੋਂ ਘੱਟ ਬੱਚਿਆਂ ਵਾਲਾ ਜਿਹੜਾ ਕੋਈ ਆਫੈਂਸ ਹੈ ਉਹਦੇ ਚ ਪੋਕਸੋ ਐਕਟ ਦੀਆਂ ਸੈਕਸ਼ਨਸ ਵੀ ਅਟਰੈਕਟ ਹੁੰਦੀਆਂ ਨੇ ਔਰ ਜੇ 18 ਸਾਲ ਤੋਂ ਉੱਪਰ ਕੋਈ ਲੜਕੀ ਹੈ ਜਿਹਦੇ ਨਾਲ ਕੋਈ ਆਫੈਂਸ ਕਮਿਟ ਹੋਇਆ 376 ਰੇਪ ਦਾ ਉਹਦੇ ਵਾਸਤੇ ਅ ਇਨਵੈਸਟੀਗੇਸ਼ਨ ਪੁਲਿਸ ਕਰਦੀ ਹੈ ਨਾਲ ਜਿਵੇਂ ਦੂਜੇ ਕੇਸਾਂ 'ਚ ਕਰਦੀ ਹੈ ਬਾਕਸ ਐਕਟਰ ਵਾਲੇ ਕੇਸਾਂ 'ਚ ਔਰ ਲੜਕੀ ਦਾ ਬਿਆਨ ਹੁੰਦਾ ਹੈ ਉਹਦਾ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਜੇ ਜ਼ਰੂਰੀ ਹੋਵੇ ਤਾਂ ਉਹ ਵੀ ਹੁੰਦਾ ਹੈ ਔਰ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਉਹਦੀ ਕੋਈ ਇੰਜਰੀਜ਼ ਜੇ ਉਹਦੇ ਕੋਈ ਪਰਸਨ ਤੇ ਹੋਣਗੀਆਂ ਜਿਸਮ ਤੇ ਹੋਣਗੀਆਂ ਉਹ ਇਨਸਟਾਂ ਦੇ ਨਿਸ਼ਾਨ ਵੀ ਆ ਜਾਂਦੇ ਨੇ ਡਾਕਟਰ ਸਹਿਬਾਨ ਉਹਨੂੰ ਥੋਰੋਲੀ ਐਗਜ਼ਾਮਿਨ ਕਰਕੇ ਉਹ ਹਰੇਕ ਤਰੀਕੇ ਨਾਲ ਉਹ ਫਿਰ ਆਪਣੀ ਰਿਪੋਰਟ ਪੇਸ਼ ਕਰਦੇ ਨੇ ਜੋ ਕਿ ਟ੍ਰਾਇਲ ਦੇ ਦੌਰਾਨ ਚਲਾਨ ਦੇ ਵਿੱਚ ਜੋ ਪੇਸ਼ ਕੀਤਾ ਜਾਂਦਾ ਉਹ ਕਮ ਆਉਂਦੀਆਂ ਨੇ ਜੀ ਵਕੀਲ ਸਾਹਿਬ ਮੈਡੀਕਲ ਐਗਜ਼ਾਮੀਨੇਸ਼ਨ ਤੁਸੀਂ ਗੱਲ ਕੀਤੀ ਜ਼ਰੂਰੀ ਹੈ ਜਾਂ ਨਹੀਂ ਕਈ ਵਾਰੀ ਅੱਦਾ ਹੁੰਦਾ ਨਾ ਕਈ ਵਾਰੀ ਲੜਕੀ ਇਹ ਗੱਲ ਕਹਿ ਦਿੰਦੀ ਹੈ ਕਿ ਮੈਂ ਮੈਡੀਕਲ ਕਰਾਉਣ ਲਈ ਰਾਜ਼ੀ ਨਹੀਂ ਤਾਂ ਉੱਥੇ ਕੇਸ ਦਾ ਕੀ ਆਧਾਰ ਬਣਦਾ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਜਿੱਥੇ ਲੜਕੀ ਕਹਿ ਦਵੇ ਕਿ ਮੈਂ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਕਰਾਉਣਾ ਤਾਂ ਉਹਦੀ ਕੰਸੈਂਟ ਲਿਖਣੀ ਜ਼ਰੂਰੀ ਹੈ ਕੰਸੈਂਟ ਮੀਨਸ ਕਿ ਡਿਸੈਂਟ 뷰 ਹੋ ਗਿਆ ਉਹਦਾ ਕਿ ਮੈਂ ਆਪਣਾ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਕਰਾਉਣਾ ਚਾਹੁੰਦੀ ਔਰ ਜੇ ਬੱਚਾ ਮਾਈਨਰ ਹੋਵੇ ਤਾਂ ਉਹਦੇ ਪੇਰੈਂਟਸ ਜਾਂ ਗਾਰਡੀਅਨ ਜੋ ਹੈ ਉਹਨਾਂ ਦਾ ਬਿਆਨ ਲਿਖਣਾ ਹੁੰਦਾ ਹੈ ਵੀ ਉਹ ਐਗਜ਼ਾਮੀਨੇਸ਼ਨ ਕਿਉਂ ਨਹੀਂ ਕਰਾਉਣਾ ਚਾਹੁੰਦੇ ਮੈਡੀਕਲ ਐਗਜ਼ਾਮੀਨੇਸ਼ਨ ਕਿਉਂ ਨਹੀਂ ਕਰਾਉਣਾ ਚਾਹੁੰਦੇ ਔਰ ਇਹ ਜ਼ਰੂਰੀ ਹੈ ਜਾਂ ਨਹੀਂ ਹੈ ਕਿਉਂਕਿ ਮੈਡੀਕਲ ਆਫੀਸਰ ਜਾਂ ਪੁਲਿਸ ਆਫੀਸਰ ਜਿਹੜਾ ਤਫਤੀਸ਼ੀ ਅਫਸਰ ਹੁੰਦਾ ਹੈ ਉਹ ਇਸ ਦੀ ਅਹਿਮੀਅਤ ਨੂੰ ਦੱਸਦਾ ਹੈ ਪਾਰਟੀ ਨੂੰ ਵਿਕਟਮ ਨੂੰ ਉਹਦੇ ਮਾਪੇ ਨੂੰ ਗਾਰਡੀਅਨ ਨੂੰ ਕਿ ਇਹਦਾ ਮੈਡੀਕਲ ਐਗਜ਼ਾਮੀਨੇਸ਼ਨ ਕਰਾਉਣਾ ਜ਼ਰੂਰੀ ਹੈ ਔਰ ਕਿਉਂ ਜ਼ਰੂਰੀ ਹੈ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ ਹੈ ਜੇ ਮੈਡੀਕਲ ਐਗਜ਼ਾਮੀਨੇਸ਼ਨ ਲੜਕੀ ਕੋਈ ਨਹੀਂ ਕਰਾਉਂਦੀ ਤਾਂ ਉਸ ਨੂੰ ਆਪਣਾ ਅਦਾਲਤ ਦੇ ਵਿੱਚ ਬਿਆਨ ਦੇਣਾ ਪੈਂਦਾ ਹੈ ਔਰ ਕਈ ਵਾਰ ਇਹ ਵੀ ਐਸੈਬਲਿਸ਼ ਕਰਨਾ ਪੈਂਦਾ ਹੈ ਕਿ ਉਸਨੇ ਮੈਡੀਕਲ ਐਗਜ਼ਾਮੀਨੇਸ਼ਨ ਨਹੀਂ ਕਰਵਾਇਆ ਫਿਰ ਵੀ ਉਹ ਇਹ ਸਾਬਤ ਕਰਦੀ ਹੈ ਕਿ ਉਹਦੇ ਨਾਲ ਮੁਲਜ਼ਮ ਨੇ ਰੇਪ ਕਮਿਟ ਕੀਤਾ ਜ਼ਬਰਜਨਾਹ ਕੀਤਾ ਇਹਨਾਂ ਹਾਲਾਤਾਂ ਦੇ ਵਿੱਚ ਫਿਰ ਲੜਕੀ ਤੇ ਵੀ ਕੁਝ ਹੋਰ ਆ ਜਾਂਦਾ ਹੈ ਵੀ ਉਸ ਲੜਕੀ ਨਾਲ ਜ਼ਬਰ ਜਨਾਹ ਹੋਇਆ ਉਹ ਅਪਰੂਵ ਕਰੇਗੀ ਕਿ ਇਹ ਬੇ ਮੁਲਜ਼ਮ ਨਹੀਂ ਮੇਰੇ ਨਾਲ ਕਿੱਥੇ ਕਿੱਥੇ ਔਰ ਕਿਸ ਤਰੀਕੇ ਨਾਲ いや ਕਦੋਂ ਮੇਰੇ ਨਾਲ ਕੋਈ ਮਾੜਾ ਕੰਮ ਜ਼ਬਰ ਜਨਾਹ ਦਾ ਆਫੈਂਸ ਕਮਿਟ ਕੀਤਾ ਹੈ ਦੂਜੀ ਗੱਲ ਇਹ ਕਿ ਇਹਨਾਂ ਕੇਸਾਂ ਦੀ ਅਪੀਲ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਕਿਹੜੀ ਕੋਰਟ ਦੇ ਵਿੱਚ ਕੇਸ ਚੱਲਦੇ ਨੇ ਪੌਕਸੋ ਐਕਟ ਦੇ ਕੇਸਿਸ ਜਿਹੜੇ ਨੇ ਯਾ 376 ਆਪੀਸੀ ਦੇ ਕੇਸਿਸ ਨੇ ਜਿਵੇਂ ਆਪਾਂ ਗੱਲ ਕੀਤੀ ਹੈ ਜਬਰ ਜਨਾਹ ਜਬਰ ਜਨਾਹ ਇਹ ਇੱਕ ਸਪੈਸ਼ਲ ਕੋਰਟ ਇਹਨਾਂ ਕੇਸਿਸ ਨੂੰ ਡੀਲ ਕਰਨ ਵਾਸਤੇ ਬਣੀ ਹੋਈ ਹੈ ਜਿਹੜੇ ਮਲਜ਼ਮ ਯਾ ਅਕਿਊਜ਼ਡ 18 ਸਾਲ ਤੋਂ ਉੱਪਰ ਹੁੰਦੇ ਨੇ ਉਹਨਾਂ ਲਈ ਕੋਰਟ ਜਿਹੜੀ ਬਣੀ ਹੈ ਉਹ ਸਪੈਸ਼ਲ ਕੋਰਟ ਦਾ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਹੈ ਡੈਜ਼ਿਗਨੇਸ਼ਨ ਡੈਜ਼ਿਗਨੇਟ ਕੀਤਾ ਗਿਆ ਹੈ ਉਹਨੂੰ ਕਹਿੰਦੇ ਨੇ ਕੋਰਟ ਫਾਰ ਟ੍ਰਾਇਲਸ ਰਿਗਾਰਡਿੰਗ ਕਮਿਸ਼ਨ ਆਫ ਆਫੈਂਸ ਅਗੇਂਸਟ ਔਮਨ ਵੀ ਕਿਸੇ ਲੜਕੀ ਨਾਲ ਕਿਸੇ ਔਰਤ ਨਾਲ ਕੋਈ ਜੁਰਮ ਹੋਣ ਦਾ ਜਿਹੜਾ ਕੋਈ ਕੇਸ ਹੈ ਉਹ ਉਹਨਾਂ ਸਪੈਸ਼ਲ ਕੋਰਟਾਂ ਦੇ ਵਿੱਚ ਚੱਲਦਾ ਹੈ ਔਰ ਇਹ ਜਿਹੜੇ 18 ਸਾਲ ਤੋਂ ਘੱਟ ਮੁਲਜ਼ਮ ਹੁੰਦੇ ਨੇ ਕਈ ਵਾਰ ਕੇਸੇ ਦੇ ਵਿੱਚ ਉਹਨਾਂ ਦਾ ਕੇਸ ਜੁਵਨਾਈਲ ਜਸਟਿਸ ਐਕਟ ਦੇ ਤਹਿਤ ਜੁਵਨਾਈਲ ਕੋਰਟ ਦੇ ਵਿੱਚ ਜਿਹੜੀ ਹੈ ਆਪਣਾ ਐਸਟੈਬਲਿਸ਼ ਕੀਤੀ ਹੋਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਥੇ ਕਿ ਹਰੇਕ ਜ਼ਿਲ੍ਹੇ ਵਿੱਚ ਕੀਤੀ ਹੋਈ ਹੈ ਵਿਦ ਦੀ ਸੈਂਕਸ਼ਨ ਆਫ ਸੈਂਟਰਲ ਗਵਰਨਮੈਂਟ ਜੋ ਐਕਟ ਬਣਿਆ ਹੋਇਆ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਉਹਦੇ ਮੁਤਾਬਕ ਉਹਨਾਂ ਨੇ ਕੋਰਟਸ ਹਰੇਕ ਜ਼ਿਲ੍ਹੇ ਚ ਬਣਾਈ ਹੋਈਆਂ ਨੇ ਉੱਥੇ ਉਹ ਆਫੈਂਸ ਟਰਾਈ ਹੁੰਦੇ ਨੇ ਔਰ ਸਜ਼ਾ ਜਾਂ ਬਰੀ ਹੋਣ ਤੋਂ ਬਾਅਦ ਐਕਟ ਜੋ ਲਿਮਿਟੇਸ਼ਨ ਐਕਟ ਹੈ ਉਹਦੇ ਮੁਤਾਬਕ ਫਿਰ ਇਹਦੀ ਅਪੀਲ ਜਿਹੜੀ ਹੈ ਉਹ ਆਨਰੇਬਲ ਹਾਈ ਕੋਰਟ ਦੇ ਵਿੱਚ ਫਾਈਲ ਹੁੰਦੀ ਹੈ ਜੇ ਮੁਲਜ਼ਮ ਬਰੀ ਹੋ ਜੇ ਮੁਦਈ ਨੂੰ ਵਿਕਟਮ ਨੂੰ ਇਹ ਲੱਗੇ ਕਿ ਉਹਦੇ ਨਾਲ ਇਨਸਾਫ ਨਹੀਂ ਹੋਇਆ ਤਾਂ ਉਹ ਅਪੀਲ ਹਾਈ ਕੋਰਟ ਚ ਕਰ ਸਕਦੇ ਨੇ ਜੇ ਮੁਲਜ਼ਮ ਨੂੰ ਕੋਈ ਸਜ਼ਾ ਹੁੰਦੀ ਹੈ ਤਾਂ ਉਹਦੇ ਕੋਲ ਵੀ ਰਾਈਟ ਹੈ ਕਿ ਉਹ ਉਸ ਫੈਸਲੇ ਦੇ ਖਿਲਾਫ ਮਾਨਯੋਗ ਹਾਈ ਕੋਰਟ ਵਿੱਚ ਜਾ ਕੇ ਆਪਣੀ ਅਪੀਲ ਦਾਇਰ ਕਰ ਸਕਦਾ ਹੈ ਕੀ ਕੁਝ ਇਦਾਂ ਦਾ ਹੈ ਕਿ ਕਈ ਵਾਰੀ ਇਦਾਂ ਹੁੰਦਾ ਕਿ ਸਰਕਾਰ ਵੱਲੋਂ ਕੋਈ ਮਦਦ ਦਿੱਤੀ ਜਾਂਦੀ ਹੈ ਇਹੋ ਜਿਹੇ ਕੇਸਿਸ ਦੇ ਵਿੱਚ ਸਰਕਾਰ ਵੱਲੋਂ ਜੇ ਕੋਈ ਨਹੀਂ ਪਹੁੰਚ ਕਰ ਸਕਦਾ ਸਰਕਾਰੀ ਦਰਬਾਰ ਸਰਕਾਰ ਵੱਲੋਂ ਜਦੋਂ ਤੁਸੀਂ ਕੋਈ ਸਰਕਾਰ ਕੋਲ ਐਪਲੀਕੇਸ਼ਨ ਕੋਈ ਕੰਪਲੇਂਟ ਮੂਵ ਹੁੰਦੀ ਹੈ ਤਾਂ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਅਫੀਸਰ ਜਿਹੜਾ ਹੈ ਉਹਦੇ ਕੋਲ ਇਹ ਸਾਰੀ ਕੰਪਲੇਂਟ ਜਾਂਦੀ ਹੈ ਉਹ ਬੁਲਾ ਕੇ ਇਸ ਕੇਸ ਦਾ ਸਟੇਟਮੈਂਟ ਵੀ ਰਿਕਾਰਡ ਕਰਦੇ ਨੇ ਔਰ ਉਹ ਫਿਰ ਆਪਣੀ ਰਿਪੋਰਟ ਬਣਾ ਕੇ ਐਸਐਸਪੀ ਸਾਹਿਬ ਨੂੰ ਭੇਜਦੇ ਨੇ ਕਿ ਵਿਕਟਮ ਨਾਲ ਇਹ ਕੁਝ ਹੋਇਆ ਹੈ ਇਹਦੀ ਮਦਦ ਕੀਤੀ ਜਾਵੇ ਐਫਆਈਆਰ ਦਰਜ ਹੁੰਦੀ ਹੈ ਉਹਦੇ ਵਾਸਤੇ ਸਰਕਾਰ ਸਰਕਾਰੀ ਵਕੀਲ ਸਾਹਿਬ ਦੀ ਕਿਸੇ ਦੀ ਜੋ ਕਿ ਇਲਾਕਾ ਵਾਈਜ਼ ਨੇ ਜਾਂ ਡਿਊਟੀ ਵਾਈਜ਼ ਨੇ ਜਾਂ ਕੋਰਟ ਵਾਈਜ਼ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਸ ਕੰਪਲੇਨੈਂਟ ਦੀ ਵਿਕਟਮ ਦੀ ਜੇ ਉਸ ਪਰਿਵਾਰ ਦੀ ਉਹ ਮਦਦ ਕਰਦੇ ਨੇ ਔਰ ਉਹਨਾਂ ਦਾ ਕੇਸ ਸਰਕਾਰੀ ਤੌਰ ਤੇ ਆਪਣੇ ਵੱਲੋਂ ਲੜਦੇ ਨੇ ਟੋਲ ਫਰੀ ਨੰਬਰ ਵੀ ਕੋਈ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੇ ਅਜੇ ਕੇਸਾਂ ਨੂੰ ਲੈ ਕੇ ਕਿ ਕੋਈ ਜੇ ਮੰਨ ਲਓ ਕਿ ਜਿਵੇਂ ਕਿਤੇ ਨਹੀਂ ਗੱਲਬਾਤ ਕੋਈ ਸੁਣੀ ਜਾਂਦੀ ਕੋਈ ਨੀਚੇਲੇ ਪੱਧਰ ਤੇ ਤਾਂ ਕਿਵੇਂ ਘਰ ਬੈ ਕੇ ਉਹ ਸ਼ਿਕਾਇਤ ਕੀਤੀ ਜਾ ਸਕਦੀ ਟੋਲ ਫਰੀ ਨੰਬਰਸ ਵੀ ਦਿੱਤੇ ਹੋਏ ਨੇ ਔਰ ਈਮੇਲਸ ਵੀ ਹੋ ਸਕਦੀਆਂ ਨੇ ਈਮੇਲ ਕਰਕੇ ਵੀ ਤੁਸੀਂ ਈਮੇਲ ਦੇ ذریعے ਕਿਸੇ ਸਾਈਬਰ ਕੈਫੇ ਤੇ ਜਾ ਕੇ ਜਾਂ ਤੁਹਾਡੇ ਕੋਲ ਜੇ ਆਪਣਾ ਕੋਈ ਸਿਸਟਮ ਹੈ ਤਾਂ ਉਥੋਂ ਵੀ ਈਮੇਲ ਕਰਕੇ ਤੁਸੀਂ ਕਿਸੇ ਵੀ ਅਧਿਕਾਰੀ ਨੂੰ ਉਹਦੀ ਕੰਪਲੇਂਟ ਕਰ ਸਕਦੇ ਹੋ ਕੋਈ ਬੰਦਾ ਜਿਹੜਾ ਵਿਕਟਮ ਹੈ ਉਹ ਕਰ ਸਕਦਾ ਹੈ ਔਰ ਟੈਲੀਫੋਨ ਕੇ ਲਈ ਵੀ WhatsApp ਤੇ ਵੀ ਕੋਈ ਕੰਪਲੇਂਟ ਕਰਨ ਦੀ ਪ੍ਰਵੀਜ਼ਨ ਹੈ ਹੁਣ ਤਾਂ ઓਨੇਬਲ ਸੁਪਰੀਮ ਕੋਰਟ ਨੇ ਵੀ ਇਹ ਕਿਹਾ ਤਾਂ ਵੀ ਕਿਸੇ ਕਿਸਮ ਦੀ ਜੋ ਪ੍ਰੋਸੀਜਰ ਹੈ ਕੋਰਟ ਦੇ ਵਿੱਚ ਅਡਾਪਟ ਹੁੰਦਾ ਉਹਨੂੰ ਤੁਸੀਂ WhatsApp ਤੇ ਵੀ ਕੋਈ ਸੰਮਨ ਭੇਜਣੇ ਹੈ ਕੋਈ ਇਤਲਾਹ ਦੇਣੀ ਹੈ ਕਿਸੇ ਨੂੰ ਕੋਈ ਖਬਰ ਕਰਨੀ ਹੈ ਜਾਂ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਕਰਨੀ ਹੈ ਤਾਂ ਉਹ ਤੁਸੀਂ ਆਪਣੇ WhatsApp ਨੂੰ ਵੀ ਇਸਤੇਮਾਲ ਕਰਕੇ ਉਹਦੇ ਖਿਲਾਫ ਕੰਪਲੇਨਟ ਕਰ ਸਕਦੇ ਹੋ ਮੇਰੇ ਖਿਆਲ ਦੇ ਵਿੱਚ 1081 ਨੰਬਰ ਹੈ ਟੋਲ ਫਰੀ ਨੰਬਰ 1081 ਨੰਬਰ ਟੋਲ ਫਰੀ ਨੰਬਰ ਹੈ ਜੀ ਉਸ ਉੱਤੇ ਤੁਸੀਂ ਕੰਪਲੇਨਟ ਕਰ ਸਕਦੇ ਹੋ ਜੇਕਰ ਤੁਹਾਡੇ ਨਾਲ ਅਜਿਹਾ ਕੁਝ ਹੁੰਦਾ ਦੂਜੀ ਗੱਲ ਵਕੀਲ ਸਾਹਿਬ ਕਈ ਵਾਰੀ ਇਦਾਂ ਹੁੰਦਾ ਹੈ ਕਿ ਕਈ ਬੰਦੇ ਇਹੋ ਜਿਹੇ ਕੇਸਾਂ ਨੂੰ ਪਰਿਵਾਰ ਦੇ ਵਿੱਚ ਹੀ ਦਬ ਲੈਂਦੇ ਨੇ ਕਿ ਨਹੀਂ ਇੱਜ਼ਤ ਦਾ ਖਿਆਲ ਰੱਖ ਲਿਆ ਜਾਂਦਾ ਤੂੰ ਫਿਰ ਉਹ ਥਾਣਿਆਂ ਤੱਕ ਨਹੀਂ ਪਹੁੰਚ ਸਕਦੇ ਜਾਂ ਫਿਰ ਥਾਣਿਆਂ ਦੇ ਵਿੱਚ ਸੁਣਵਾਈ ਵੀ ਨਹੀਂ ਹੁੰਦੀ ਕੀ ਡਾਇਰੈਕਟਲੀ ਕੋਰਟ ਦੇ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ ਕੋਈ ਆਪਣੀ ਅਰਜ਼ੀ ਲੈ ਕੇ ਡਾਇਰੈਕਟਲੀ ਕੋਰਟ ਦੇ ਵਿੱਚ ਜਿਹੜਾ ਮੁੰਦੇਈ ਹੈ ਕੰਪਲੇਨੈਂਟ ਹੈ ਜਾਂ ਕੋਈ ਲੜਕੀ ਵਿਕਟਮ ਹੈ ਜਾਂ ਉਹਦਾ ਕੋਈ ਗਾਰਡੀਅਨ ਹੈ ਉਹਦੇ ਪੇਰੈਂਟਸ ਹੈ ਸੈਕਸ਼ਨ 2 ਸੀ ਆਰ ਪੀ ਸੀ ਦੀ ਜਿਹੜੀ ਹੈ ਜਾਬਤਾ ਫੌਜਦਾਰੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹਦੇ ਮੁਤਾਬਕ ਜਿਹੜੀ ਵਿਕਟਮ ਹੈ ਜਾਂ ਐਗਰੀਵਡ ਪਰਸਨ ਹੈ ਉਹਦੀ ਡੈਫੀਨੇਸ਼ਨ ਦਿੱਤੀ ਹੋਈ ਹੈ ਜਿਹੜੇ ਬੰਦੇ ਵੀ ਇਹ ਕੋਈ ਇਸ ਜੁਰਮ ਨਾਲ ਸਫਰਰ ਹੁੰਦੇ ਨੇ ਉਹ ਆਨਰੇਬਲ ਕੋਰਟ ਦੇ ਵਿੱਚ ਜਾ ਕੇ ਆਪਣੀ ਐਪਲੀਕੇਸ਼ਨ ਕੋਰਟ ਫਾਈਲ ਕਰ ਸਕਦੇ ਨੇ 156 ਸਬਸੈਕਸ਼ਨ 3 सीआरपीसी ਜਾਤਤਾ ਫੌਜ਼ਦਾਰੀ ਇਹਦੇ ਤਹਿਤ ਕੋਰਟ ਚ ਐਪਲੀਕੇਸ਼ਨ ਦਿੱਤੀ ਜਾਂਦੀ ਹੈ ਤਾਂ ਮਾਨਯੋਗ ਅਦਾਲਤ ਕਨਸਰਨਡ ਪੁਲਿਸ ਸਟੇਸ਼ਨ ਦੇ ਐਸ ਐਚਓ ਦੀ ਰਿਪੋਰਟ ਮੰਗਵਾਉਂਦੇ ਨੇ ਉਹਨਾਂ ਨੂੰ ਹਿਦਾਇਤ ਦਿੰਦੇ ਨੇ ਜੋ ਇੱਕ ਲਲਿਤਾ ਕੁਮਾਰੀ ਵਰਸ ਸਟੇਟ ਦੀ ਜਜਮੈਂਟ ਹੈ ਉਹਦੇ ਚ ਇਹ ਹੈ ਵੀ ਜੇ ਕੋਰਟ ਨੂੰ ਲੱਗੇ ਤਾ ਉਹ ਡਾਇਰੈਕਸ਼ਨ ਵੀ ਕਰ ਸਕਦੇ ਨੇ ਐਸਐਚਓ ਨੂੰ ਵੀ ਇਹਦੇ ਖਿਲਾਫ ਮੁਲਜ਼ਮ ਦੇ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਔਰ ਇਹਦਾ ਇਨਵੈਸਟੀਗੇਸ਼ਨ ਕਰਕੇ ਰਿਪੋਰਟ ਸਾਨੂੰ ਭੇਜੀ ਜਾਵੇ ਸੋ ਇਸ ਤਰੀਕੇ ਨਾਲ ਆਨਰੇਬਲ ਕੋਰਟ ਦੇ ਵਿੱਚ ਵੀ ਅਪਲੀਕੇਸ਼ਨ ਫਾਈਲ ਹੋ ਸਕਦੀ ਹੈ 156 3 सीआरपीसी ਦੀ ਵਿਕਟਮ ਐਗਰੀਵਡ ਪਰਸਨ ਕੋਈ ਵੀ ਜਿਹੜਾ ਹੈ ਵਿਕਟਮ ਔਰ ਜਾਂ ਜਾਂ ਇੱਕ ਵਿਕਟਮ ਦਾ ਐਗਰੀਵਡ ਪਰਸਨ ਕੋਈ ਰਿਲੇਟਿਵ ਪੇਰੈਂਟਸ ਗਾਰਡੀਅਨ ਕੋਈ ਵੀ ਆਨਰੇਬਲ ਕੋਰਟ ਨੂੰ ਅਪਰੋਚ ਕਰ ਸਕਦਾ ਹੈ ਜੇ ਮੰਨ ਲਓ ਕਿ ਜਿਹੜਾ ਜ਼ੁਰਮ ਹੈ ਉਹ ਤਕਰੀਬਨ 10 ਸਾਲ ਜਾਂ 20 ਸਾਲ ਕਿੰਨੇ ਸਾਲ ਪੁਰਾਣਾ ਹੋਣਾ ਚਾਹੀਦਾ ਜੁਰਮ ਤਾਂ ਜੁਰਮ ਹੈ ਜਦੋਂ ਹੋਇਆ ਕਈ ਵਾਰ ਕੰਪਲੇਨੈਂਟ ਦੀ ਵਿਕਟਮ ਦੀ ਐਗਰੀਵਡ ਪਰਸਨ ਦੀ ਕੋਈ ਮਜਬੂਰੀ ਹੁੰਦੀ ਹੈ ਕਿ ਉਸ ਵਕਤ ਉਹਨਾਂ ਦਿਨਾਂ ਦੇ ਵਿੱਚ ਉਸ ਸਮੇਂ ਦੌਰਾਨ ਉਦੀ ਕੋਈ ਮਜਬੂਰੀ ਹੁੰਦੀ ਹੈ ਕਿ ਉਹ ਕੇਸ ਰਿਸਟਰ ਨਹੀਂ ਕਰਵਾ ਸਕਦਾ ਕੰਪਲੇਂਟ ਨਹੀਂ ਕਰ ਸਕਦਾ ਹਾਲਾਤ ਐਸੇ ਹੁੰਦੇ ਆ ਜਿਹੜੇ ਉਹਨੂੰ ਮਜਬੂਰ ਕਰਦੇ ਆ ਕਿ ਉਹ ਚੁੱਪ ਰਹੇ ਲੇਕਿਨ ਉਹ ਕਿਸੇ ਵੀ ਵਕਤ ਜਾ ਕੇ ਅਰਨੇਬਲ ਕੋਰਟ ਕੋਲ ਆਪਣੀ ਅਰਜ਼ੀ ਕੰਪਲੇਂਟ ਦੇ ਸਕਦਾ ਹੈ ਧਾਇਰ ਕਰ ਸਕਦਾ ਹੈ ਔਰ ਉਹਦੇ ਜੀ ਐਕਸਪਲੇਨ ਕਰ ਸਕਦਾ ਹੈ ਕਿ ਮੈਨੂੰ ਇਹਨਾਂ ਹਾਲਾਤਾਂ ਨੇ ਜਿਹੜੇ ਮੇਰੇ ਵਸਤੋਂ ਬਾਹਰ ਸਨ ਮੈਂ ਕੰਪਲੇਂਟ ਨਹੀਂ ਕਰ ਸਕੀ ਜਾਂ ਕਰ ਸਕਿਆ ਸੋ ਇਸ ਕਰਕੇ ਇਹਦੀ ਕੰਪਲੇਂਟ ਮੇਰੀ ਹੁਣ ਇਨਵੈਸਟੀਗੇਟ ਕਰਾਈ ਜਾਵੇ ਔਰ ਮਲਜ਼ਮ ਦੇ ਖਿਲਾਫ ਐਕਸ਼ਨ ਲਿਆ ਜਾਵੇ ਜੋ ਔਨਰੇਬਲ ਕੋਰਟਸ ਐਪਰੋਪਰੀਟ ਆਰਡਰਸ ਨੇ ਫਿਰ ਉਹ ਕੰਪਲੇਂਟ ਨੂੰ ਦੇਖ ਕੇ ਅਲੀਗੇਸ਼ਨਸ ਨੂੰ ਦੇਖ ਕੇ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਫਿਰ ਆਰਡਰ ਪਾਸ ਕਰ ਦਿੰਦੇ ਨੇ ਜੇ ਮੰਨ ਲਓ ਕਿ 10-20 ਸਾਲ ਕੋਈ ਪੁਰਾਣਾ ਕੇਸ ਹੈ ਜਿਵੇਂ ਕੋਈ ਅੱਜ ਆ ਕੇ ਕਹਦੇ ਕਿ ਮੇਰੇ ਨਾਲ ਉਸ ਵੇਲੇ ਕੁਝ ਹੋਇਆ ਸੀ ਕੋਈ ਕਰਮ ਹੋਇਆ ਸੀ ਤਾ ਕੀ ਉਹਨਾਂ ਦੀ ਆਪਸੀ ਰਜ਼ਾਮੰਦੀ ਨੂੰ ਉਸ ਵੇਲੇ ਦੀ ਦੇਖੀ ਜਾਂਦੀ ਕਿ ਕੀ ਪਤਾ ਲੱਗਦਾ ਉਹਨਾਂ ਨੇ ਆਪਸੀ ਰਜ਼ਾਮੰਦੀ ਦੇ ਨਾਲ ਜੋ ਇਹ ਸਬੰਧ ਬਣਾਏ ਹੁਣ ਆਪਸੀ ਰਜ਼ਾਮੰਦੀ ਵਾਲੇ ਕੇਸ ਵੀ ਕਾਫੀ ਹੁੰਦੇ ਨੇ ਜਿਹਦੇ ਵਿੱਚ ਪਹਿਲਾਂ ਆਪਸੀ ਰਜ਼ਾਮੰਦੀ ਹੁੰਦੀ ਹੈ ਲੇਕਿਨ ਬਾਅਦ ਦੇ ਵਿੱਚੋਂ ਫਿਰ ਕਈ ਵਾਰ ਕੁਝ ਲੋਕ ਐਸੇ ਹੁੰਦੇ ਨੇ ਜਿਹੜੇ ਇੰਟੈਂਸ਼ਨਲੀ ਜਾਣ ਬੁਝ ਕੇ ਆਪਣੇ ਕਿਸੇ ਖਾਸ ਮਕਸਦ ਵਾਸਤੇ ਆਪਣੇ ਸਾਥੀ ਦੇ ਖਿਲਾਫ ਜਿਹਦੇ ਨਾਲ ਪਹਿਲਾਂ ਉਹ ਸਹਿਮਤ ਹੁੰਦੇ ਨੇ ਫਿਰ ਐਲੀਗੇਸ਼ਨ ਲਗਾ ਦਿੰਦੇ ਨੇ ਸੋ ਉਹ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਉਸਨੂੰ ਵੀ ਐਕਸਪਲੇਨ ਕਰਨਾ ਪੈਂਦਾ ਹੈ ਕਿ ਮੈਂ ਪਹਿਲਾਂ ਐਪਲੀਕੇਸ਼ਨ ਕਿਉਂ ਨਹੀਂ ਦਿੱਤੀ ਜਾਂ ਮੇਰੀ ਰਜ਼ਾਮੰਦੀ ਸੀ ਜਾਂ ਨਹੀਂ ਸੀ ਇਹ ਸਾਰੇ ਹਾਲਾਤ ਉਹਨੂੰ ਦੱਸਣਾ ਪੈਂਦੇ ਨੇ ਜਾਂ ਮੇਰੇ ਨਾਲ ਕਿਉਂ ਜ਼ਬਰਦਸਤੀ ਹੋਈ ਕਿਹੜੇ ਹਾਲਾਤਾਂ 'ਚ ਜ਼ਬਰਦਸਤੀ ਹੋਈ ਉਹ ਫਿਰ ਐਕਸਪਲੇਨ ਕਰਨ ਤੋਂ ਬਾਅਦ ਜੇ ਆਨਰੇਬਲ ਕੋਰਟ ਇਸ ਗੱਲ ਤੇ ਪਹੁੰਚੇ ਕਿ ਹਾਂ ਇਹਦੀ ਲੜਕੀ ਦੀ ਵਿਕਟਮ ਦੀ ਐਗਰੀਵਡ ਪਰਸਨ ਦੀ ਗੱਲ ਠੀਕ ਹੈ ਤਾਂ ਉਹ ਐਪਰੋਪਰੀਏਟ ਆਰਡਰ ਪਾਸ ਕਰਦਾ ਹੈ ਜੇ ਮੰਨ ਲਓ ਕਿ ਆਪਸੀ ਰਜ਼ਾਮੰਦੀ ਦੇ ਨਾਲ ਕੋਈ ਸੰਬੰਧ ਬਣਾਇਆ ਤਾਂ ਉਹਦੇ ਵਿੱਚ ਮਤਲਬ ਕਿ ਕਿਤੇ ਨਾ ਕਿਤੇ ਜਾਂ ਲੜਕੇ ਦੇ ਪੱਖ ਵਿੱਚ ਚੁਲਾ ਲਓ ਜਾਂ ਲੜਕੀ ਦੇ ਪੱਖ ਵਿੱਚ ਫੈਸਲਾ ਵੀ ਆ ਸਕਦਾ ਆਪਸੀ ਰਜ਼ਾਮੰਦੀ ਨਾਲ ਲੜਕੀ ਜੇ ਬਾਲਗ ਹੋਵੇ ਹਮ ਸੰਬੰਧ ਬਣ ਜਾਣ ਫਿਰ ਕਾਨੂੰਨ ਕਹਿੰਦਾ ਹੈ ਇਹ ਆਫੈਂਸ ਆਫ ਰੇਪ ਨਹੀਂ ਹੈ ਜ਼ਬਰ ਜਨਾਹ ਦਾ ਜੁਰਮ ਨਹੀਂ ਹੈ ਲੇਕਿਨ ਜੇ ਉਹਦੀ ਕੰਸੈਂਟ ਜੇ ਉਹਦੀ ਮਰਜ਼ੀ ਜੇ ਉਹਦੀ ਸਹਿਮਤੀ ਉਹਨੂੰ ਧੋਖੇ ਚ ਰੱਖ ਕੇ ਕੋਈ ਬੰਦਾ ਲੈ ਲੈਂਦਾ ਹੈ ਔਰ ਉਹਦੇ ਨਾਲ ਜਿਸ਼ਮਾਨੀ ਸੰਬੰਧ ਬਣਾ ਲੈਂਦਾ ਹੈ ਔਰ ਉਹ ਫਿਰ ਆਪਣੇ ਵਾਅਦੇ ਤੋਂ ਮੁੱਕਰ ਜਾਂਦਾ ਹੈ ਜਾਂ ਉਹਦੇ ਨਾਲ ਕੋਈ ਐਸੀ ਲੜਕੀ ਨਾਲ ਚੀਟਿੰਗ ਕਰ ਲੈਂਦਾ ਹੈ ਵੀ ਜਿਹੜੀ ਕਾਬਿਲੇ برداشت ਨਾ ਹੋਵੇ ਤਾਂ ਫਿਰ ਉਹ ਆਫੈਂਸ 376 ਦਾ ਜਬਰ ਜਨਾਹ ਦਾ ਮੰਨਿਆ ਜਾਂਦਾ ਹੈ ਔਰ ਉਹ ਲੜਕੇ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਤੁਹਾਡੇ ਕੋਲ ਇਹੋ ਜਿਹੇ ਵੀ ਮਾਮਲੇ ਆਏ ਹੁਣ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਨਿਜੀ ਰੰਜਿਸ਼ ਦੇ ਤਹਿਤ ਜਿਹੜਾ ਕਿਸੇ ਨਾ ਕਿਸੇ ਨੂੰ ਫਸਾ ਦਿੰਦਾ ਫਿਰ ਇਹੋ ਜਿਹੇ ਲੋਕਾਂ ਨੂੰ ਕੀ ਸਜ਼ਾ ਮਿਲਦੀ ਹੈ ਜਦੋਂ ਅਦਾਲਤ ਦੇ ਵਿੱਚ ਕੁਝ ਸਾਬਤ ਨਹੀਂ ਹੁੰਦਾ ਮੇਰੇ ਕੋਲ ਇੱਕ ਕੇਸ ਮੇਰੇ ਧਿਆਨ 'ਚ ਹੈ ਸਰਕਾਰ ਸੀਬੀਆਈ ਵਰਸਸ ਸੀਬੀ ਵਰਸਸ ਜਸਪਾਲ ਸਿੰਘ ਵਗੈਰਾ ਦਾ ਇੱਕ ਕੇਸ ਸੀ ਜਿਹਦੇ ਚ ਅ ਮਿਸਟਰ ਕਰਪਾਲ ਸਿੰਘ ਰੰਧਾਵਾ ਆਈਟਨੈਸ ਸੀ ਉਹਨਾਂ ਨੇ ਵਿਕਟਮ ਨੂੰ ਜਦੋਂ ਪੁਲਿਸ ਵਾਲੇ ਕੁਝ ਮੁੱਲਦਮ ਸੀ ਜਿਹੜੇ ਉਹ ਘਰੋਂ ਕਿਡਨਾਪ ਕਰਕੇ ਲੈ ਕੇ ਗਏ ਸੀ ਤਾਂ ਉਸ ਗੱਲ ਦੇ ਚਸ਼ਮਦੀਦ ਗਵਾਹ ਸੀ ਉਹਨਾਂ ਨੂੰ ਕਰਪਾਲ ਸਿੰਘ ਰੰਧਾਵਾ ਦੇ ਦੱਸਣ ਮੁਤਾਬਕ ਉਹਨਾਂ ਨੂੰ ਪੁਲਿਸ ਵੱਲੋਂ ਬਹੁਤ ਟਾਰਚਰ ਕੀਤਾ ਗਿਆ ਬੜਾ ਪ੍ਰੈਸ਼ਰਾਈਜ਼ ਕੀਤਾ ਗਿਆ ਵੀ ਤੁਸੀਂ ਆਪਣੇ ਬਿਆਨ ਤੋਂ ਮੁੱਕਰ ਜਾਓ ਲੈਕੀਨ ਉਹ ਆਪਣੇ ਬਿਆਨ ਤੇ ਅਡਿਗ ਰਹੇ ਉਹਨਾਂ ਨੇ ਕੋਰਟ ਦੇ ਵਿੱਚ ਬਿਆਨ ਦੇਣ ਦਾ ਫੈਸਲਾ ਕੀਤਾ ਇੱਕ ਦਿਨ ਉਹ ਪਟਿਆਲੇ ਆਏ ਹੋਏ ਸੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਮਿਸਟਰ ਕਿਰਪਾਲ ਸਿੰਘ ਰੰਧਾਵਾ ਪਟਿਆਲੇ ਦੁਖਨਵਾਲਨ ਸਾਹਿਬ ਠਹਿਰੇ ਹੋਏ ਸੀ ਤਾਂ ਉਹਨਾਂ ਦਿਨਾਂ ਦੇ ਦੌਰਾਨ ਹੀ ਇਹ ਕੁਝ ਬੰਦੇ ਸ਼ਰਾਰਤੀ ਬੰਦਿਆਂ ਨੇ ਮਿਲ ਕੇ ਇੱਕ ਲੜਕੀ ਨੂੰ ਪ੍ਰੋਕਿਊਰ ਕਰਕੇ ਉਹਨਾਂ ਦੇ ਖਿਲਾਫ 376 ਆਈਪੀਸੀ ਦਾ ਮੁਕਦਮਾ ਦਰਜ ਕਰਵਾ ਦਿੱਤਾ ਸੀ ਉਦੋਂ ਕੁਝ ਪੁਲਿਸ ਅਫਸਰ ਵਿਚ ਨੇ ਉਹ ਮੈਂ ਨਾਮ ਨਹੀਂ ਲੈਂਦਾ ਉਹਨਾਂ ਦੇ ਤਾਂ ਕੇਸ ਜਿਹੜਾ ਕੇਸ ਚਲਿਆ ਤਾਂ ਕਰਪਾਲ ਸਿੰਘ ਰੰਧਾਵਾ ਜੀ ਉਹਦੇ ਚ ਬਾਈਜਤ ਬਰੀ ਹੋਗੇ ਸੀ ਮਾਨਯੋਗ ਸੈਸ਼ਨ ਜਨ ਸਾਹਿਬ ਪਟੇਲਾ ਦੀ ਕੋਰਟ ਚੋਂ ਉਸ ਕੇਸ ਦਾ ਫੈਸਲਾ ਹੋਇਆ ਸੀ ਕਿਉਂਕਿ ਉਹ ਇੱਕ ਸਾਜ਼ਿਸ਼ ਦੇ ਅਧੀਨ ਉਹਨਾਂ ਦੇ ਖਿਲਾਫ 376 ਦਾ ਮੁਕੱਦਮਾ ਉਹਨਾਂ ਦੀ ਰੈਪਿਊਟੇਸ਼ਨ ਨੂੰ ਉਹਨਾਂ ਦੀ ਇੱਜ਼ਤ ਨੂੰ ਖਰਾਬ ਕਰਨ ਲਈ ਔਰ ਆਪਣੇ ਫਾਇਦੇ ਲਈ ਜਾਣਬੁੱਝ ਕੇ ਬਣਾਇਆ ਗਿਆ ਸੀ ਸੋ ਫਿਰ ਉਹਨਾਂ ਨੇ ਇੱਕ ਸਿਵਲ ਸੂਟ ਡੈਮੇजेस ਦਾ ਫਾਈਲ ਕੀਤਾ ਸਾਰੇ ਪੁਲਿਸ ਆਫਿਸਰਜ਼ ਦੇ ਖਿਲਾਫ ਔਰ ਉਹ ਲੜਕੀ ਔਰ ਗਵਾ ਜਿਹੜਾ ਉਸ ਕੇਸ ਦਾ ਗਵਾਹ ਸੀ ਉਹਨਾਂ ਦੇ ਖਿਲਾਫ ਤਾਂ ਮਾਨਯੋਗ ਅਦਾਲਤ ਸੀ ਜਿਹੜੀ ਮਿਸਟਰ ਸੁਖਵਿੰਦਰ ਸਿੰਘ ਜੀ ਸਾਹਿਬ ਦੀ ਉਹਨਾਂ ਨੇ ਉਹਨਾਂ ਦੇ ਖਿਲਾਫ ਸਾਰਿਆਂ ਦੇ ਖਿਲਾਫ ਸੱਤ ਮੁਲਜ਼ਮ ਸੀ ਜਿਹੜੇ ਸਾਡੇ ਫੈਂਡੈਂਟ ਬਣਾਏ ਸੀ ਅਸੀਂ ਸੱਤਾਂ ਦੇ ਖਿਲਾਫ 7-7 ਲੱਖ ਰੁਪਏ ਦਾ ਜੁਰਮਾਨਾ ਪਾਇਆ ਔਰ ਉਹਨਾਂ ਦਾ ਮੈਟਰ ਜਿਹੜਾ ਹੈ ਅੱਜ ਹੁਣ ਉਹਦੀ ਅਪੀਲ ਇਹਨਾਂ ਨੇ ਪੁਲਿਸ ਅਫਸਰਾਂ ਨੇ ਕੀਤੀ ਹੋਈ ਹੈ ਜੋ ਪੈਂਡਿੰਗ ਹੈ ਜੀ ਕਿੰਨੇ ਕ ਸਮੇਂ ਦੇ ਵਿੱਚ ਮਤਲਬ ਕਿ ਨਿਆਂ ਮਿਲ ਜਾਂਦਾ ਇਹੋ ਜਿਹੇ ਮਾਮਲੇ 'ਚ ਸਰ ਮੌਕਾ ਕਾਨੂੰਨ ਮਾਨਯੋਗ ਅਦਾਲਤਾਂ ਦੋਨੋਂ ਤੇ ਨਾਂਉ ਦੁੰਦੀਆਂ ਨੇ ਹੂੰ ਉਸ ਵਿੱਚ ਕਈ ਵਾਰ 1 ਜਾਂ 2 ਡੇਟਸ 3 ਡੇਟਸ ਐਸੀਆਂ ਵੀ ਪੈ ਜਾਂਦੀਆਂ ਨੇ ਜਦੋਂ ਕਈ ਵਾਰ ਮੁਦਈ ਦਾ ਗਵਾਹ ਨਹੀਂ ਪਹੁੰਚ ਸਕਦਾ ਮੁਦਾਲਾ ਦਾ ਗਵਾਹ ਨਹੀਂ ਪਹੁੰਚ ਸਕਦਾ ਸੋ ਇਹ ਤਕਰੀਬਨ ਡੇਢ ਜਾਂ 2 ਸਾਲ ਦੇ ਵਿੱਚ ਫੈਸਲਾ ਹੋਣ ਦੀ ਸੰਭਾਵਨਾ ਹੁੰਦੀ ਹੈ ਦੋਨੋਂ ਪਾਰਟੀਆਂ ਨੂੰ ਪੂਰੀ ਤਰ੍ਹਾਂ ਸੁਣਵਾਈ ਦਾ ਮੌਕਾ ਦੇਣ ਤੋਂ ਬਾਅਦ ਜੇ ਮੰਨ ਲਓ ਕਿ ਕਿਸੇ ਲੜਕੀ ਨਾਲ ਜ਼ਬਰਜਨਾਹ ਹੋਇਆ ਤਾਂ ਉਹਦੇ ਵਿੱਚ ਕੋਈ ਗਵਾਹ ਦੀ ਵੀ ਜ਼ਰੂਰਤ ਹੁੰਦੀ ਹੈ ਉਸ ਨੂੰ ਕੇਸ ਕੇਸ ਨੂੰ ਅੱਗੇ ਵਧਾਉਣ ਦੇ ਲਈ ਕਾਨੂੰਨ ਕਾਫੀ ਹੱਦ ਤੱਕ ਇਸ ਚੀਜ਼ ਨੂੰ ਕੰਦ ਅੱਗੇ ਰੱਖਦਾ ਹੈ ਕਿ ਕੋਈ ਲੜਕੀ ਕਿਸੇ ਵੀ ਸ਼ਖਸ ਦੇ ਖਿਲਾਫ ਜਲਦੀ ਜਲਦੀ ਕੋਈ ਰੇਪ ਦਾ ਕੇਸ ਆਪਣੀ ਇੱਜ਼ਤ ਨੂੰ ਤਾਕਤ ਰੱਖ ਕੇ ਨਹੀਂ ਲਗਾ ਲਗਾ ਸਕਦੀ ਲੇਕਿਨ ਜਿੱਥੇ ਹੁਣ ਮਿਸਟਰ ਕਿਰਪਾਲ ਸਿੰਘ ਰੰਧਾਵਾ ਵਾਲਾ ਕੇਸ ਹੈ ਇਹ ਜਿਹੇ ਕੇਸ ਹੁੰਦੇ ਨੇ ਉੱਥੇ ਫਿਰ ਲੜਕੀ ਨੂੰ ਪ੍ਰੋਕਿਊਰ ਕਰਕੇ ਜੇ ਐਲੀਗੇਸ਼ਨ ਕੋਈ ਲਗਾਉਂਦਾ ਹੈ ਤਾਂ ਉਸ ਦਾ ਓਬਵੀਅਸਲੀ ਹੈ ਕਿ ਜੋ ਫਾਇਦਾ ਉਹ ਮਲਦੋਂ ਨੂੰ ਮਿਲਦਾ ਹੈ ਠੀਕ ਹੈ ਠੀਕੇ ਦਸੋ ਖੀਰ ਦੇ ਵਿੱਚ ਸਵਾਲ ਬਹੁਤ ਹੋ ਚੁੱਕੇ ਨੇ ਮੇਰੇ ਹਿਸਾਬ ਦੇ ਨਾਲ ਇਹ ਜਾਣਕਾਰੀ ਦਿਓ ਕਿ 376 ਦੇ ਵਿੱਚ ਨਾਲ ਹੋਰ ਵੀ ਧਾਰਾ ਹੁੰਦੀਆਂ ਜਿਵੇਂ 376ਏ ਹੋ ਗਿਆ ਉਹ ਉਸ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਉਹ ਕਿਦਾਂ ਦੇ ਸੈਕਸ਼ਨ 376 ਜਿਹੜੀ ਹੈ ਉਹਦੇ ਵਿੱਚ ਡੈਫੀਨੇਸ਼ਨਸ ਦਿੱਤੀ ਹੋਈਆਂ ਨੇ ਵੀ ਕਿਹੜਾ ਬੰਦਾ ਜੇ ਕੋਈ ਆਫੈਂਸ ਕਮਿਟ ਕਰਦਾ ਹੈ ਕਿਸ ਤਰੀਕੇ ਨਾਲ ਕਰਦਾ ਕੋਈ ਪੁਲਿਸ ਆਫੀਸਰ ਹੈ ਉਹਦੀ ਕਸਟਡੀ ਦੇ ਵਿੱਚ ਕੋਈ ਔਰਤ ਹੈ ਉਹਦਾ ਰੇਪ ਕਰ ਦਿੰਦਾ ਕੋਈ ਹਸਪੀਟਲ ਦੇ ਵਿੱਚ ਸਟਾਫ ਹੈ ਕੋਈ ਮਰੀਜ਼ ਦਾਖਲ ਹੈ ਉਹਦਾ ਰੇਪ ਕਰ ਦਿੰਦਾ ਜਾਂ ਕੋਈ ਬੰਦਾ ਜਿਹਦੇ ਕੋਲ ਗੁੱਡ ਫੇਥ ਚ ਕੋ ਬੰਦਾ ਚਲੇ ਜਾਵੇ ਜਿਵੇਂ ਭਗਾ ਚਲੇ ਆਵੇ ਬਾਬਾ ਰਾਮ ਰਹੀਮ ਸਿੰਘ ਵਾਲੇ ਕੇਸ ਦੇ ਵਿੱਚ ਜਿਵੇਂ ਸਾਬਤ ਹੋਇਆ ਵੀ ਉਹ ਲੜਕੀਆਂ ਨੂੰ ਆਪਣੇ ਉਹ ਲੜਕੀਆਂ ਉਸ ਨੂੰ ਮਲਜ਼ਮ ਨੂੰ ਆਪਣਾ ਬਾਪ ਸਮਝਦੀਆਂ ਸੀ ਆਪਣਾ ਫਾਦਰ ਕਹਿੰਦੀਆਂ ਸੀ ਪਿਤਾ ਜੀ ਕਹਿੰਦੀਆਂ ਸੀ ਇਹੋ ਜਿਹੇ ਕੇਸਿਸ ਹੋਣ ਜਿੱਥੇ ਫੁੱਲ ਫੇਥ ਲੜਕੀ ਕੋਈ ਆਪਣੇ ਉਸ ਸ਼ਖਸ ਦੇ ਵਿੱਚ ਮਲਜ਼ਮ ਦੇ ਵਿੱਚ ਰੱਖਦੀ ਹੋਵੇ ਔਰ ਮਲਜ਼ਮ ਉਸਨੂੰ ਧੋਖਾ ਕਰੇ ਇਹ ਜਿਹੇ ਡੈਫੀਨੇਸ਼ਨ ਦਿੱਤੀ ਹੋਈ ਨੇ ਤਾਂ ਉਹਨਾਂ ਨੂੰ 10 ਸਾਲ ਤੋਂ ਲੈ ਕੇ ਉਮਰ ਕ ਐ ਤੱਕ ਦੀ ਸਜ਼ਾ ਹੋ ਸਕਦੀ ਹੈ ਹਮ ਠੀਕ ਹੈ ਤੇ ਜਿਹੜੇ ਬਾਕੀ ਜਿਵੇਂ 376A ਹੋ ਗਿਆ ਉਹ ਉਹ ਕਿਦਾਂ ਕਿਦਾਂ ਲੱਗ ਸਕਦੀਆਂ ਉਹ ਧਾਰਾ ਕਿਵੇਂ ਕੀ ਉਹਦੇ ਵਿੱਚ ਰੱਖਿਆ ਗਿਆ ਕਿ ਕਿਹੜਾ ਆਫੈਂਸ ਹੋਵੇ ਤਾਂ 376 ਲੱਗੇਗੀ ਜੇ ਆਫੈਂਸ ਨਹੀਂ ਤਾਂ 376A ਲੱਗੇ ਜਿਹੜੇ ਮੈਂ ਤੁਹਾਨੂੰ ਆਫੈਂਸਿਸ ਦੱਸੇ ਨੇ ਸਾਰੇ ਇਹ ਇਨਾਂ ਦੇ ਦੌਰਾਨ ਹੀ ਡੈਫੀਨੇਸ਼ਨ 376 ਦੀ ਜਿਹੜੀ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ A B C D E F G ਇਸ ਤਰ੍ਹਾਂ ਕਰਕੇ ਇਹ ਚੱਲਦੇ ਨੇ ਇਹਨਾਂ ਦਾ ਗੈਂਗ ਰੇਪ ਹੋਵੇ ਕੋਈ ਜਿਵੇਂ ਗੈਂਗ ਰੇਪ ਦੇ ਦੋ ਇੱਕ ਦੋ ਜਾਂ ਦੋ ਤੋਂ ਵੱਧ ਬੰਦੇ ਹੋਣ ਉਹਨਾਂ ਨੂੰ ਗੈਂਗ ਰੇਪ ਮੰਨਿਆ ਜਾਂਦਾ ਸੋ ਇਹਨਾਂ ਸਾਰਿਆਂ ਵਾਸਤੇ ਉਮਰ ਕੈਦ ਤੱਕ ਦੀ ਸਜ਼ਾ ਤਜਵੀਜ਼ ਕੀਤੀ ਹੋਈ ਹੈ ਇਹ ਸਾਰੇ 376 ਦੇ ਵਿੱਚ ਵਿੱਚ ਆਉਂਦੇ ਆ ਉਹਦੇ ਅਕੋਰਡਿੰਗ ਗੁਨਾਹ ਤਾਂ ਸਾਰੇ 376 ਦੇ ਤੱਲੇ ਰੱਖੇ ਗੁਨਾਹ 376 ਦੇ ਸਾਰੇ ਰੇਪ ਕੇਸਿਸ ਨੇ ਉਹ ਕੀ ਕੀ ਉਹਦੇ ਵਿੱਚ ਹੁੰਦਾ ਕਿਵੇਂ ਕੋਣ ਕਿਵੇਂ ਕਰ ਰਿਹਾ ਜੇ ਗੈਂਗ ਰੇਪ ਹੈ ਤਾਂ ਤਾਂ ਅਲੱਗ ਮਰਜ਼ੀ ਤੋਂ ਬਿਨਾ ਜੇ ਲੜਕੀ ਦੀ ਮਰਜ਼ੀ ਤੋਂ ਬਿਨਾ ਜਾਂ ਲੜਕੀ ਦੀ ਮਰਜ਼ੀ ਉਹਨੂੰ ਕੁਛ ਥ੍ਰੈਟ ਕਰਕੇ ਲੜਕੀ ਦੀ ਮਰਜ਼ੀ ਜੇ ਲੜਕੀ ਬਿਮਾਰ ਹੈ ਉਹਦੀ ਕੰਸੈਂਟ ਉਹਨੂੰ ਗੁੰਮਰਾਹ ਕਰਕੇ ਲੜਕੀ ਨੂੰ ਇੰਡਿਊਸ ਕਰਕੇ ਲੜਕੀ ਨੂੰ ਵਰਗਲਾ ਕੇ ਲੜਕੀ ਨੂੰ ਕੁਝ ਖਵਾ ਕੇ ਲੜਕੀ ਨੂੰ ਕੋਈ ਹਥਿਆਰ ਦਿਖਾ ਕੇ ਉਹਦੀ ਕਨਸੈਂਟ ਲੇਤੀ ਵੀ ਹੋਵੇ ਤਾਂ ਉਹ ਕਨਸੈਂਟ ਜਿਹੜੀ ਹੈ ਕਨਸੈਂਟ ਨਹੀਂ ਮੰਨੀ ਜਾਂਦੀ ਤਾਂ ਉਹਦਾ ਅਫੈਂਸ ਜਿਹੜਾ ਹੈ ਉਸੇ ਜੀ 374 ਫਾਲ ਕਰਦਾ ਹੈ ਔਰ ਨੂੰ ਉਮਰ ਕੈ ਤੱਕ ਦੀ ਸਜ਼ਾ ਹੋ ਸਕਦੀ ਹੈ ਜੀ ਬਰਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਧਾਰਾ 376 ਨੂੰ ਥੈਂਕ ਯੂ ਸੁਖਵਿੰਦਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸੋ ਸਾਡੇ ਨਾਲ ਮੌਜੂਦ ਸਨ ਐਡਵੋਕੇਟ ਹਰਿੰਦਰਪਾਲ ਸਿੰਘ ਬਰਮਾ ਮੈਂ ਪਹਿਲੇ ਦੱਸ ਚੁੱਕਿਆ ਕਿ ਰਾਮ ਰਹੀਮ ਦੇ ਕੇਸ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਸੀਬੀਆਈ ਦੇ ਵੱਲੋਂ ਪੇਸ਼ ਹੋ ਕੇ ਉਹ ਸਾਰੇ ਕੇਸ ਨਾਲ ਨਜਿੱਠੇ 376 ਧਾਰਾ ਨੂੰ ਲੈ ਕੇ ਜੋ ਜ਼ਬਰ ਜਨਾ ਦੀ ਧਾਰਾ ਜੇਕਰ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਤੱਕਾ ਹੁੰਦਾ ਹੈ ਤਾਂ ਤੁਸੀਂ ਜਿਹੜਾ ਕਿਸ ਤਰ੍ਹਾਂ ਕੰਪਲੇਂਟ ਕਰ ਸਕਦੇ ਹੋ ਕਿਵੇਂ ਕਾਨੂੰਨ ਤੱਕ ਪਹੁੰਚ ਕਰ ਸਕਦੇ ਹੋ ਜੇ ਥਾਣੇ ਸੁਣਵਾਈ ਨਹੀਂ ਹੁੰਦੀ ਅਦਾਲਤ 'ਚ ਕਿਵੇਂ ਪਹੁੰਚ ਸਕਦੇ ਹੋ ਬੜੇ ਵਿਸਥਾਰ ਦੇ ਨਾਲ ਖੁੱਲ ਕੇ ਗੱਲਬਾਤ ਕੀਤੀ ਹੈ ਤੁਹਾਡੇ ਸਵਾਲ ਜਿਹੜੇ ਨੇ ਉਹ ਤੁਸੀਂ ਕਮੈਂਟ ਕਰਕੇ ਰੱਖ ਸਕਦੇ ਹੋ D5 ਚੈਨਲ ਪੰਜਾਬੀ ਦੇ YouTube ਨੂੰ ਸਬਸਕ੍ਰਾਈਬ ਕਰੋ ਹਰ ਸ਼ਨੀਵਾਰ ਵਕੀਲ ਦੀ ਸਲਾਹ ਪ੍ਰੋਗਰਾਮ ਸਵੇਰੇ 8 ਵਜੇ D5 ਚੈਨਲ ਪੰਜਾਬੀ ਦੇ YouTube ਤੇ ਹੁੰਦਾ ਤੁਸੀਂ ਉਸ ਦੌਰਾਨ ਇਹ ਸਾਰੇ ਮਸਲੇ ਦੇ ਉੱਤੇ ਗੱਲਬਾਤ ਜੋ ਹੈ ਉਹ ਸੁਣ ਸਕਦੇ ਹੋ ਅਗਲੇ ਹਫਤੇ ਫੇਰ ਐਡਵੋਕੇਟ ਐਚ ਪੀਐਸ ਵਰਮਾ ਦੇ ਨਾਲ ਅਸੀਂ ਧਾਰਾ 302 ਨੂੰ ਲੈ ਕੇ ਗੱਲਬਾਤ ਕਰਾਂਗੇ ਤੁਹਾਡੇ ਰੂਬਰੂ ਕਰਾਂਗੇ ਇਜਾਜ਼ਤ ਦਿਓ ਧੰਨਵਾਦ